ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜੀਤ ਸਿੰਘ ਅਤੇ ਮੈਂ ਕੈਨੇਡਾ ਦੇ ਟੂਰ ਤੇ ਆਇਆ ਹਾਂ ਜੀ। ਇੱਥੇ ਮੈਗਾ ਵਿਸਾਖੀ ਮੇਲਾ ਅਸੀਂ ਹੋਸਟ ਕੀਤਾ ਤੇ ਬਹੁਤ ਬਹੁਤ ਵੱਖ-ਵੱਖ ਪਰਸਨੈਲਿਟੀਆਂ ਨਾਲ ਮਿਲਣ ਦਾ ਮੌਕਾ ਮਿਲਿਆ। ਇੱਕ ਅਜਿਹੀ ਪਰਸਨੈਲਿਟੀ ਨਾਲ ਮੈਂ ਮਿਲਿਆ ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਸਾਰੇ ਉਹਨਾਂ ਨਾਲ ਮਿਲੋ। ਤਰਸੇਮ ਸਹੋਤਾ ਜੀ ਮੇਰੇ ਨਾਲ ਹੈਗੇ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਠਾਕ ਹੋ? ਬਿਲਕੁਲ ਠੀਕ ਹੈ, ਤੁਸੀਂ ਸੁਣਾਓ? ਬਹੁਤ ਚੜ੍ਹਦੀ ਕਲਾ ਦੋਸਤੋ। ਅਕਸਰ ਕਹਿੰਦੇ ਹੁੰਦੇ ਨੇ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹਦੇ ਨਾਲ ਨਾਲ ਇਹ ਗੱਲ ਵੀ ਪੱਕੀ ਹੈ ਕਿ ਸ਼ੌਕ ਪੂਰਾ ਕਰਨ ਦੀ ਕੋਈ ਏਜ ਵੀ ਨਹੀਂ ਹੁੰਦੀ, ਕੋਈ ਉਮਰ ਨਹੀਂ ਹੁੰਦੀ ਹੈਗੀ ਜੀ। ਤਾਂ ਤਰਸੇਮ ਜੀ, ਤਾਂ ਆਪਣੇ ਬਾਰੇ ਦੱਸੋ, ਕਦੋਂ ਸਫ਼ਰ ਸ਼ੁਰੂ ਹੋਇਆ, ਕਿਵੇਂ ਆਰਟਿਸਟਿਕ ਫੀਲ ਵਾਲਾ ਹੈ? ਮੈਂ ਗੁਰਜੀਤ ਜੀ, ਮੈਂ 1963 'ਚ ਹਾਂਜੀ ਆਰਮੀ ਜੁਆਇਨ ਕੀਤੀ ਸੀ। ਓਕੇ। ਐਂਡ 1965 ਵਾਰ ਸੀ ਜਦੋਂ ਪਾਕਿਸਤਾਨ ਨਾਲ ਵਾਰ ਜੀ, ਅਤੇ ਫਿਰ ਉਸ ਤੋਂ ਬਾਅਦ 1968 ਦੇ ਵਿੱਚ ਮੈਂ ਡਿਸਚਾਰਜ ਆ ਗਿਆ। ਓਕੇ। ਅਤੇ ਆਰਟਿਸਟਿਕ ਫੀਲ ਵੱਲ, ਇੱਕ ਆਰਮੀ ਵੱਲ ਸੀਗੇ ਤੁਸੀਂ ਕਿ ਨਹੀਂ, ਆਰਮੀ ਵੱਲ ਤੁਸੀਂ ਸਟਾਰਟ ਕੀਤਾ ਉੱਥੋਂ ਦੀ, ਬਟ ਆਰਟਿਸਟਿਕ ਫੀਲਡ ਵੱਲ ਕਿਵੇਂ ਆਉਣਾ ਹੋਇਆ? ਕੀ ਤੋਂ ਇੰਸਪਾਇਰਡ ਹੋਏ ਜਾਂ ਫਿਰ ਕਿਸੇ ਨੇ ਤੁਹਾਨੂੰ ਕਿਹਾ ਕਿ ਤੁਹਾਡੇ ਵਿੱਚ ਆਹ ਗੁਣ ਹੈ ਤਾਂ ਤੁਸੀਂ ਇੱਧਰ ਆਓ? ਦੇਖੋ ਜੀ, ਆਰਮੀ ਦੇ ਵਿੱਚ 1965 ਦੇ ਵਿੱਚ ਜਦੋਂ ਵਾਰ ਹੋਈ ਸੀ ਅਤੇ ਸਾਡੀ ਕੰਪਨੀ ਗੈਂਟੋਕ ਸਿੱਕਮ 'ਤੇ ਸੀਗੀ ਅਤੇ ਮੇਰੇ ਜੋ CO ਸੀ ਢਿੱਲਨ ਸਾਹਿਬ, ਉਹ ਕਹਿੰਦੇ ਵੀ ਅੱਜ ਆਪਾਂ ਕੋਈ ਗੀਤ ਸੰਗੀਤ ਰੱਖਾਂਗੇ, ਉਹਦੇ ਵਿੱਚ ਤੁਸੀਂ ਤਰਸੇਮ ਜੀ ਗਾਣਾ ਜ਼ਰੂਰ ਗਾਉਣਾ। ਉਦੋਂ ਨਵੀਂ 1965 'ਚ ਰਿਲੀਜ਼ ਹੋਈ ਸੰਗਮ। ਅੱਛਾ ਜੀ। ਸੰਗਮ ਜਦੋਂ ਮੈਂ ਫਿਲਮ ਦੇਖੀ ਉਹਦਾ ਮੈਨੂੰ ਗਾਣਾ ਬਹੁਤ ਹੀ ਪਿਆਰਾ ਲੱਗਾ, ਇਹ ਮੇਰਾ ਪ੍ਰੇਮ ਪੱਤਰ ਪੜ੍ਹ ਕੇ ਤੁਮ ਨਾਰਾਜ਼ ਨਾ। ਕੀ ਬਾਤ ਹੈ ਜੀ! ਅੱਛਾ ਜੀ। ਮੇਰੀ ਵੇਜਿਸ ਸੀਗੀ 40 ਰੁਪੀਜ਼ ਮੰਥਲੀ, ਮੇਜਰ ਸਾਹਿਬ ਨੇ ਖੁਸ਼ ਹੋ ਕੇ ਮੈਨੂੰ 10 ਰੁਪਈਏ ਦਿੱਤੇ। ਅੱਛਾ ਜੀ। ਉਸ ਤੋਂ ਬਾਅਦ ਫਿਰ ਸਫ਼ਰ ਸਟਾਰਟ ਹੋਇਆ, ਬਈ ਫਿਲਮ ਇੰਡਸਟਰੀ ਵੱਲ ਜਿੱਦਾਂ ਵੀ ਹੋ ਜਾਏ ਜਾਣਾ ਜ਼ਰੂਰ ਹੈ। ਓਕੇ। ਮੈਨੂੰ ਸਭ ਤੋਂ ਚੰਗੀ ਗੱਲ ਤੁਹਾਡੀ ਇਹ ਲੱਗੀ ਕਿ ਤੁਸੀਂ ਇਸ ਉਮਰ ਵਿੱਚ ਵੀ ਆ ਗਏ ਜਿੱਥੇ ਤੁਹਾਡਾ ਬੇਟਾ ਜਿਹੜੇ ਹੈਗੇ ਨੇ ਜੋਤੀ ਸਹੋਤਾ ਜੀ ਹੈਗੇ ਨੇ, ਉਹ ਸਾਡੇ ਵਰਗੇ ਕਲਾਕਾਰਾਂ ਨੂੰ ਪ੍ਰਮੋਟ ਕਰ ਰਹੇ ਆ, ਇੱਥੇ ਲੈ ਕੇ ਆ ਰਹੇ ਕੈਨੇਡਾ ਵਿੱਚ, ਤੁਸੀਂ ਹਲੇ ਵੀ ਮਤਲਬ ਆਪਣੇ ਆ ਜਿੱਦਾਂ ਕਹਿੰਦੇ ਕਿ ਸ਼ੌਕ ਦੇ ਨਾਲ ਜੁੜੇ ਹੋਏ ਹੋ ਕਿ ਨਹੀਂ? ਬਿਲਕੁਲ। ਮੈਨੂੰ ਮੇਰੇ ਇੱਕ ਦੋਸਤ ਹੈ, ਹੁਣ ਵੀ ਦੋਸਤ ਹੈ ਤਾਂ ਮੇਰੇ ਤੋਂ ਉਮਰ 'ਚ ਛੋਟੇ, ਹਾਂਜੀ, ਉਹਨਾਂ ਦਾ ਨਾਮ ਹੈ ਵਿਕ ਪਰਮਾਰ। ਅੱਛਾ ਜੀ। ਉਹ ਮੈਨੂੰ ਜਦੋਂ ਮੈਂ ਕੈਨੇਡਾ ਦੇ ਵਿੱਚ ਆਇਆ ਅਤੇ ਉਹਨਾਂ ਨੂੰ ਮਿਲਿਆ ਅਤੇ ਉਹ ਇੱਕ ਫਿਲਮ ਬਣਾ ਰਿਹਾ ਸੀ ਜਿਸ ਦਾ ਨਾਂ ਸੀ ਟੱਕਰ। ਅੱਛਾ ਜੀ। ਟੱਕਰ 'ਚੋਂ ਨਹੀਂ ਮੈਨੂੰ ਆਡੀਸ਼ਨ ਵਾਸਤੇ ਸੱਦਿਆ, ਮੈਨੂੰ ਕਹਿੰਦੇ ਤਰਸੇਮ ਜੀ ਮੈਂ ਇੱਕ ਤੁਹਾਨੂੰ ਰੋਲ ਦੇਣਾ ਜੀ, ਅਤੇ ਤੁਸੀਂ ਕਰੋਗੇ? ਮੈਂ ਕਿਹਾ ਜੀ ਮੈਨੂੰ ਸ਼ੌਂਕ ਹੈ, ਅਤੇ ਉਹਨੇ ਮਿਸਟਰ ਰਾਏ ਦਾ ਮੈਨੂੰ ਰੋਲ ਦਿੱਤਾ। ਉਹ ਫਿਲਮ ਥੀਏਟਰ 'ਚ ਵੀ ਰਿਲੀਜ਼ ਹੋਈ, ਸਾਰੇ ਪਾਸੇ ਬੱਲੇ ਬੱਲੇ ਹੋਏ ਵੀ ਕੋਈ ਵਿਲਨ ਪੈਦਾ ਹੋਇਆ। ਅੱਛਾ, ਕਦੇ ਇਹ ਸੋਚਿਆ ਮੈਂ ਇਹਦੇ ਵਰਗਾ ਕਰੈਕਟਰ ਕਰਨਾ ਚਾਹੁੰਦਾ, ਜਿਵੇਂ ਹੁੰਦਾ ਨਾ ਅਮਰੀਸ਼ ਪੁਰੀ ਸਾਹਿਬ ਦਾ ਮੋਗੈਂਬੋ ਖੁਸ਼ਵਾ ਵਰਗਾ ਕਰੈਕਟਰ ਸੀਗਾ, ਜਾਂ ਕਿਸੇ ਹੋਰ ਫਿਲਮ ਦੇ ਵਿੱਚ ਕਿਸੇ ਹੋਰ ਵਿਲਨ ਦਾ ਹੋਵੇ ਜਾਂ ਐਕਟਰ ਦਾ, ਵੀ ਮੈਂ ਆਹ ਰੋਲ ਕਰਨਾ ਚਾਹੁੰਦਾ ਜ਼ਿੰਦਗੀ 'ਚ? ਮੈਨੂੰ ਵਿਲਨ ਜਿੰਨੀਆਂ ਮੈਂ ਫਿਲਮਾਂ ਕੀਤੀਆਂ ਗੁਰਜੀਤ ਜੀ, ਉਹਦੇ ਵਿੱਚ ਐਜ਼ ਏ ਵਿਲਨ ਦੇ ਤੌਰ 'ਤੇ ਮੈਂ ਕੀਤੀਆਂ। ਫਿਰ ਜਿਹੜੀ ਮੇਰੇ ਬੱਚੇ ਨੇ ਫਿਲਮ ਬਣਾਈ ਜਤਿੰਦਰ ਸਹੋਤਾ ਨੇ, ਉਹਨੂੰ ਵੀ ਮੈਨੂੰ ਕਿਹਾ ਵੀ ਡੈਡੀ ਐਜ਼ ਏ ਸੀਗਾ ਪੁਲਿਸ ਇੰਸਪੈਕਟਰ ਪਰ ਸੀਗਾ ਵਿਲਨ ਹੀ। ਅੱਛਾ ਜੀ। ਹਾਂਜੀ। ਅਤੇ ਇਹ ਇਹ ਕਹਤੋਂ ਕਿ ਤੁਸੀਂ ਵਿਲੀਨੀਅਸ ਰੋਲ ਹੀ ਕਰਨੇ ਪਸੰਦ ਕੀਤੇ? ਬੰਦੇ ਤਾਂ ਕਹਿੰਦੇ ਕਿ ਯਾਰ ਮੈਂ ਹੀਰੋ ਵੀ ਬਣਾ, ਥੋੜ੍ਹਾ ਬਹੁਤ ਐਂ ਡੈਸ਼ਿੰਗ ਜੇ ਗਾਣੇ ਗੁਣੇ ਵੀ ਗਾਵਾਂ, ਐਕਟਰਸ ਵੀ ਹੋਵੇ, ਸਾਰਾ ਮਾਹੌਲ ਇੱਦਾਂ ਦਾ ਹੋਵੇ ਕਿ ਨਹੀਂ? ਮੈਨੂੰ ਜਿਹੜੇ ਵਿਕ ਪਰਮਾਰ ਨੇ ਉਹਨੇ ਮੇਰਾ ਮੈਨੂੰ ਹੱਦ 'ਚ ਵੀ ਚਾਂਸ ਦਿੱਤਾ, ਫਿਰ ਵਾਰਸ 'ਚ ਚਾਂਸ, ਮੈਨੂੰ ਕਾਫੀ ਫਿਲਮਾਂ ਦੇ ਵਿੱਚ ਉਹਨੇ ਚਾਂਸ ਦਿੱਤਾ। ਉਹ ਕਹਿੰਦੇ ਵੀ ਤੇਰੀ ਵਿਲਨ ਦੀ ਜਿਹੜੀ ਲੁੱਕ ਹੈ ਬੜੀ ਖਤਰਨਾਕ ਹੈ, ਮਸਟੈਸ਼ ਵੀ ਤੁਸੀਂ ਦੇਖੀ ਹੈ, ਅਤੇ ਇਸ ਕਰਕੇ ਮੈਂ ਆਡੀਅੰਸ ਦੀ ਜਿਹੜੀ ਡਿਮਾਂਡ ਹੈ ਮੈਂ ਉਹ ਕਰਦਾ। ਤੁਸੀਂ ਸਿੰਗਿੰਗ ਤੋਂ ਸ਼ੁਰੂਆਤ ਕੀਤੀ ਕਿ ਨਹੀਂ? ਹਾਂਜੀ। ਜਿੱਦਾਂ ਕਿ ਤੁਸੀਂ ਆਰਮੀ ਦੇ ਵਿੱਚ ਉਦੋਂ 10 ਰੁਪਏ ਦਿੱਤੇ ਸੀ ਤੋਹਫੇ ਤੌਰ 'ਤੇ, ਫਿਰ ਤੁਸੀਂ ਐਕਟਿੰਗ ਵੱਲ ਵੀ ਤੁਹਾਨੂੰ ਤੁਹਾਡੇ ਪਰਮਾਰ ਸਾਹਿਬ ਨੇ, ਦੋਸਤ ਨੇ ਉਹ ਦਿੱਤਾ ਚਾਂਸ ਦਿੱਤਾ। ਹਾਂਜੀ। ਅਤੇ ਇਹ ਤੋਂ ਇਲਾਵਾ ਹੋਰ ਕੀ ਤੁਸੀਂ ਕਰਨਾ ਪਸੰਦ ਕਰਦੇ ਹੋ, ਸ਼ੌਕ ਹੋਰ ਕੀ ਨੇ? ਮੈਂ ਲਿਖਦਾ ਵੀ ਹਾਂ। ਅੱਛਾ ਜੀ। ਏਅਰ 'ਤੇ ਵੀ ਹੁੰਦਾ। ਹਾਂ ਹਾਂ। ਆਪਣੇ ਰੇਡੀਓ ਇੰਡੀਆ ਰੈੱਡ FM ਕੀ ਬਾਤ ਹੈ, ਲਿਖਣ ਦਾ ਸ਼ੌਕ ਹੈ ਜੀ। ਇੱਕ ਫਿਲਮ ਦੇ ਵਾਸਤੇ ਮੈਂ 6 ਗਾਣੇ ਵੀ ਲਿਖੇ ਨੇ। ਅੱਛਾ ਜੀ। ਹਾਂਜੀ। ਅਤੇ ਮੇਰੇ ਦੋਸਤ ਨੇ ਵਿਪਨ ਮੌਲਾ ਇਨ ਬੋਂਬੇ, ਓਕੇ, ਉਹਨਾਂ ਨੂੰ ਦਿਖਾਉਣੇ ਵੀ ਸੀ, ਅਤੇ ਮੈਂ ਕੁਛ ਇੱਦਾਂ ਵੀ ਚਾਹੁੰਦਾ ਕਿ ਕਹਿੰਦੇ ਨਾ ਕਿ ਯੂ ਤੋਂ ਆਤੇ ਹੈ ਸਭੀ ਮਰਨੇ ਕੇ ਲੀਏ, ਮਰਨਾ ਉਸਕਾ ਜਿਸਕਾ ਕਰੇ ਜ਼ਮਾਨਾ ਅਫਸੋਸ। ਠੀਕ ਹੈ ਨਾ ਜੀ। ਅਤੇ ਮੇਰਾ ਮਤਲਬ ਵੀ ਲੋਕ ਪਹਿਚਾਨਣ ਵੀ ਬੰਦਾ ਕੋਈ ਆਇਆ, ਕੋਈ ਕੰਮ ਕਰਕੇ ਗਿਆ ਜਾਂ ਕਿਸ ਤਰ੍ਹਾਂ ਵੀ, ਇਹ ਮੇਰੇ ਸ਼ੌਂਕ ਨੇ। ਮੈਂ ਅਜੇ ਵੀ ਕਰਦਾ, ਜਿੰਨਾ ਚਿਰ ਮੇਰੇ ਦਮ 'ਚ ਦਮ ਹੈ ਉਨਾ ਚਿਰ ਤਾਂ ਮੈਂ ਕਰਾਂਗਾ। ਅਤੇ ਹੋਰ ਦੂਸਰੀ ਗੱਲ ਇਹ ਹੈ
ਕਿ ਬੰਦੇ 'ਚ ਹੌਸਲਾ ਹੋਣਾ ਚਾਹੀਦਾ, ਵਾਕਈ ਸਹੀ ਗੱਲ ਹੈ। ਦੂਜੀ ਗੱਲ ਲਗਨ ਹੋਣੀ ਚਾਹੀਦੀ ਕਿ ਮੈਂ ਇਹ ਕੰਮ ਕਰਨਾ ਕਰਨਾ, ਸਹੀ ਗੱਲ ਹੈ, ਫਿਰ ਮੰਜ਼ਿਲ ਫਿਰ ਦੂਰ ਨਹੀਂ ਜੀ। ਵਾਕਈ ਵਾਕਈ ਮੰਜ਼ਿਲ ਵਾਕਈ ਦੂਰ ਨਹੀਂ ਹੈਗੀ ਜੀ। ਦੋਸਤੋ ਗੱਲ ਇਹਨਾਂ ਨੇ ਕੀਤਾ ਕਿ ਸ਼ੌਕ ਹਲੇ ਵੀ ਪਾਲ ਕੇ ਰੱਖਣੇ ਆ ਜਦ ਤੱਕ ਜੋਸ਼ ਜਜ਼ਬਾ ਅਤੇ ਜਨੂੰਨ ਅੰਦਰ ਕਾਇਮ ਹੈ ਜੀ। ਇੱਕ ਨਿੱਕੀ ਜੀ ਬ੍ਰੇਕ ਲੈਂਦਾ, ਬ੍ਰੇਕ ਤੋਂ ਬਾਅਦ ਆਪਾਂ ਸ਼ਾਇਰੀ ਵੀ ਸੁਣਾਂਗੇ ਨਾ, ਤੋਂ ਇਹਨਾਂ ਦੇ ਲਿਖੇ ਹੋਏ ਕੁਝ ਗੀਤ ਵੀ ਜਾਂ ਸੁਣਾਂਗੇ ਜੇ ਸੁਣਾਉਣਗੇ ਸਾਨੂੰ ਇਹ। ਨਿੱਕੀ ਜੀ ਬ੍ਰੇਕ ਆਪਾਂ ਲੈਂਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦੋਸਤੋ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਫਿਲਹਾਲ ਕੈਨੇਡਾ ਦੇ ਵਿੱਚ ਅਸੀਂ ਬੈਠੇ ਹੋਏ, ਇੱਥੇ ਇੱਕ ਬਹੁਤ ਪਿਆਰਾ ਜਿਹਾ ਸਟੂਡੀਓ ਸੈਟਅਪ ਕੀਤਾ ਹੋਇਆ, ਅਤੇ ਉੱਥੇ ਮੈਂ ਮੁਲਾਕਾਤ ਕਰਾਂ ਜੀ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਹੜੇ ਹੌਸਲੇ ਦੇ ਨਾਲ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਜਾ ਰਹੇ ਹਨ, ਨਾਲ ਦੀ ਨਾਲ ਆਪਣੇ ਸ਼ੌਕ ਵੀ ਪੂਰੇ ਕਰਦੇ ਜਾ ਰਹੇ ਨੇ। ਜਿੱਦਾਂ ਜਿੱਦਾਂ ਉਮਰ ਅੱਗੇ ਹੋ ਰਹੀ ਹੈ, ਜੋਸ਼ ਵੱਧਦਾ ਜਾ ਰਹੇ ਜੀ ਨੇ ਅੰਦਰ ਹੋਰ। ਤਸੀਮ ਜੀ, ਆਪਾਂ ਹੁਣ ਗੱਲ ਕਰ ਰਹੇ ਸੀ, ਤੁਸੀਂ ਲਿਖਦੇ ਵੀ ਹੈਗੇ ਹੋ, ਤੁਸੀਂ ਗੀਤ ਵੀ ਲਿਖ ਲਏ ਫਿਲਮਾਂ ਦੇ ਲਈ, ਤਾਂ ਕੋਈ ਸ਼ੇਰੋ ਸ਼ਾਇਰੀ ਦਾ ਕੋਈ ਥੋੜ੍ਹਾ ਜਿਹਾ ਮਤਲਬ ਇੱਕ ਥੋੜ੍ਹਾ ਹੋਰ ਲੁਤਫ ਆ ਜੂਗਾ ਸੁਣ ਕੇ, ਇੱਥੇ ਜੇ ਕੋਈ ਸ਼ਾਇਰੀ ਹੋ ਜਾਏ ਤੁਹਾਡੇ ਕੋਲ। ਅਰਜ਼ ਕੀਤਾ ਜੀ। ਹਾਂਜੀ। ਚਾਂਦਨੀ ਰਾਤ ਮੈਂ ਸ਼ਾਨੋ ਸੇ ਢਲਕਤੀ ਹੋਈ ਚਾਦਰ, ਚਾਂਦਨੀ ਰਾਤ ਮੈਂ ਸ਼ਾਨੋ ਸੇ ਢਲਕਤੀ ਹੋਈ ਚਾਦਰ, ਯੇ ਜਿਸਮ ਹੈ ਯਾ ਸ਼ਮਸ਼ੀਰ ਨਿਕਲ ਆਈ ਹੈ, ਮੁੱਦਤੋਂ ਕੇ ਬਾਅਦ ਉਠਾਏ ਥੇ ਪੁਰਾਨੇ ਕਾਗਜ਼। ਗੁਰਜੀਤ ਜੀ, ਮੁੱਦਤੋਂ ਕੇ ਬਾਅਦ ਉਠਾਏ ਥੇ ਪੁਰਾਨੇ ਕਾਗਜ਼, ਸਾਥ ਮੇਂ ਤੇਰੀ ਤਸਵੀਰ ਨਿਕਲ ਆਏ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇਹ ਕਿੱਦਾਂ ਜੀ, ਇਹ ਜਿਹੜੇ ਕਹਿੰਦੇ ਕਿ ਸ਼ਾਇਰ ਜਿਹੜੇ ਹੁੰਦੇ ਨੇ ਜਾਂ ਤਾਂ ਇਹ ਭਰੇ ਹੁੰਦੇ ਨੇ, ਬਿਲਕੁਲ ਵੀ ਪੂਰਾ ਜਿੱਦਾਂ ਪਾਣੀ ਭਰ ਜਾਂਦਾ ਨਾ, ਫਿਰ ਬਾਹਰ ਨਿਕਲਦਾ, ਫਿਰ ਉਹ ਤਰੰਨੁਮ ਵਿੱਚ ਆਉਂਦੇ ਨੇ, ਤਾਂ ਤੁਸੀਂ ਵੀ ਕਿਤੇ ਅੰਦਰੋਂ ਭਰੇ ਤਾਂ ਨਹੀਂ ਹੋਏ? ਕੋਈ ਗਮ ਤਾਂ ਨਹੀਂ? ਨਹੀਂ, ਗਮ ਤਾਂ ਕੋਈ ਨਹੀਂ ਜੀ, ਉਹ ਪਿਛਲੀ ਜਵਾਨੀ ਠਾਠਾ ਮਾਰ ਰਹੀ ਆ ਜੀ। ਬਿਲਕੁਲ ਬਿਲਕੁਲ, ਇਹ ਮਾਰਨੀਆਂ ਵੀ ਚਾਹੀਦੀਆਂ। ਅੱਛਾ, ਮੈਨੂੰ ਇਹ ਵੀ ਦੱਸਿਆ ਕਿ ਤੁਸੀਂ ਇੱਥੇ ਪੰਜਾਬੀਅਤ ਨੂੰ ਪ੍ਰਮੋਟ ਕਰਨ ਦੇ ਲਈ, ਭੰਗੜੇ ਨੂੰ ਪ੍ਰਮੋਟ ਕਰਨ ਦੇ ਲਈ ਜਾਂ ਹੋਰ ਵੀ ਇੱਦਾਂ ਦੇ ਕੋਈ ਸੋਸ਼ਲ ਐਕਟੀਵਿਟੀਜ਼ ਉਹਨਾਂ ਵਿੱਚ ਬਹੁਤ ਪਾਰਟੀਸਪੇਟ ਕਰਦੇ ਹੋ, ਉਹਨਾਂ ਬਾਰੇ ਸਾਨੂੰ ਦੱਸੋ। ਗੁਰਜੀਤ ਜੀ, ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ। ਮੈਂ ਜਦੋਂ 1974 'ਚ ਆਇਆ, ਹਾਂਜੀ, ਉਦੋਂ ਇੱਥੇ ਇੱਕੋ ਹੀ ਟੀਮ ਸੀਗੀ ਜਿਹੜੀ ਸੀ ਪੰਜਾਬ ਕਲਚਰ ਐਸੋਸੀਏਸ਼ਨ। ਓਕੇ। ਜੋ ਸਾਡੇ ਕੋਚ ਸਨ ਮਹਿੰਦਰ ਸੁਮਲ ਸਾਹਿਬ ਜੀ, ਅਤੇ ਜਿਨ੍ਹਾਂ ਨੇ ਆਹ ਬੁੱਕ ਵੀ ਛਾਪੀ ਹੈ। ਓਕੇ। ਇਹ ਮੈਂ ਤੁਹਾਨੂੰ ਗਿਫਟ ਜ਼ਰੂਰ ਦੇਣਾ ਜੀ। ਅੱਛਾ, ਵਾਹ ਜੀ। ਹਾਂਜੀ, ਖੱਟਣ ਗਏ ਪ੍ਰਦੇਸ਼। ਵਾਕਈ ਜੀ, ਆਹ ਬੁੱਕ ਹੈ ਜੀ, ਦੇਖੋ ਇਹਦਾ ਪੇਜ। ਹਾਂਜੀ, ਖੱਟਣ ਗਏ ਪ੍ਰਦੇਸ਼। ਖੱਟਣ ਗਏ ਪ੍ਰਦੇਸ਼, ਅਤੇ ਸਾਡੇ ਢੋਲੀ ਸਨ ਉਦੋਂ, ਢੋਲ ਪਹਿਲੀ ਟੀਮ ਸੀ ਕੈਨੇਡਾ, ਓਟਵਾ, ਮੌਂਟਰੀਆਲ, ਟੋਰਾਂਟੋ, ਸਾਰੇ ਪਾਸੇ ਇੱਕੋ ਟੀਮ ਸੀ ਇਹ। ਓਕੇ। ਸਾਡਾ ਢੋਲੀ ਸੀ ਪਾਲ ਬਿਨਿੰਗ, ਹਾਂਜੀ, ਜਿਹਨ ਬਹੁਤ ਮਿਹਨਤ ਕਰਕੇ ਉਹ ਟੀਮ ਵੀ ਤਿਆਰੀ, ਮਹਿੰਦਰ ਸੁਮਲ ਸਾਹਿਬ ਕੋਚ ਸਨ, ਤਿਆਰ ਕਰਕੇ ਆਫਟਰ 2 ਈਅਰ ਉਹੀ ਟੀਮ ਮੌਂਟਰੀਆਲ ਓਲੰਪਿਕ 'ਚ ਗਈ। ਵਾਹ ਜੀ ਵਾਹ, ਕਿਆ ਬਾਤ ਹੈ ਜੀ। ਅੱਛਾ, ਤੁਸੀਂ ਖੁਦ ਵੀ, ਇਹ ਤਾਂ ਤੁਸੀਂ ਉਹ ਟੀਮ ਦੀ ਗੱਲ ਕਰੀ ਜਿਹਨਾਂ ਨਾਲ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਚੱਲੇ ਹੋ, ਕਿਹਨੇ ਸਪੋਰਟ ਕੀਤਾ, ਤੁਸੀਂ ਖੁਦ ਵੀ ਮੇਰੇ ਖਿਆਲ ਕੁਝ ਪਾਰਟਿਸਪੇਟ ਕੀਤਾ ਇੱਥੇ ਕਈ ਕੰਪੀਟੀਸ਼ਨਸ ਦੇ ਵਿੱਚ। ਹਾਂਜੀ ਹਾਂਜੀ, ਮੈਂ ਆਪਣੇ ਸਿੰਗਿੰਗ ਕੀਤੀ ਕਰਾਓਕੀ। ਅੱਛਾ। ਅਤੇ ਆਪਣੇ ਗਜ਼ਲਾਂ ਵਗੈਰਾ, ਰਾਈਟ, ਅਤੇ ਫਿਰ ਉਸ ਤੋਂ ਬਾਅਦ ਕਾਫੀ ਸ਼ੌਂਕ ਇੱਦਾਂ ਚੱਲਦੇ ਰਹੇ। ਮੈਂ ਆਪਣੇ ਫਾਦਰ ਸਾਹਿਬ ਨੂੰ ਡੈਡੀਕੇਟ ਕੀਤੀ ਸਦਾ ਬਹਾਰ ਗੀਤ, ਮੁਕੇਸ਼ ਸਾਹਿਬ ਦੇ ਗਾਣੇ ਗਾਏ। ਵਾਹ ਜੀ ਵਾਹ। ਅਤੇ ਇਸ ਤਰ੍ਹਾਂ ਹੀ ਸ਼ੌਂਕ ਚੱਲ ਰਿਹਾ। ਦੇਖੋ, ਹੁਣ ਫਿਲਹਾਲ ਕੁਝ ਚੰਦ ਕਲੈਨਾ ਸਾਨੂੰ ਸੁਣਾ ਸਕਦੇ ਹੋ ਕੋਈ ਆਪਣੇ ਫੇਵਰੇਟ ਗੀਤ ਨੇ ਜਿਹੜਾ ਤੁਸੀਂ ਗਾਇਆ ਅਤੇ ਜਿੱਤਿਆ ਵੀ ਹੈਗਾ, ਪ੍ਰਾਈਜ਼ ਵੀ ਵਾਹ ਵਾਹ ਵੀ ਖੱਟੀ ਉਹਦੇ ਵਿੱਚ? ਉਹ ਮੈਂ ਤੁਹਾਨੂੰ ਸੱਚ ਦੱਸਦਾ ਕਿ ਪਿੱਛੇ ਜਿਹਾ ਮੇਰਾ ਹਾਰਟ ਅਟੈਕ ਹੋ ਗਿਆ ਸੀਗਾ, ਇਸ ਕਰਕੇ ਥੋੜ੍ਹੀਆਂ ਸੁਰਾਂ ਡਾਊਨ ਹੋਣ ਕਰਕੇ ਮੈਂ ਜ਼ਿਆਦਾ ਜ਼ੋਰ ਨਹੀਂ ਲਾਉਂਦਾ, ਪਰ ਤੁਹਾਨੂੰ ਇੱਕ ਗਜ਼ਲ ਜਿਹੜੀ ਲਿਖੀ ਹੈ ਉਹਦੀਆਂ 2 ਲਾਈਨਾਂ ਸੁਣਾ ਦੇਣਾ ਜੀ, ਪਲੀਜ਼। ਉਦਾਸ ਹੈ ਜੇ ਜ਼ਿੰਦਗੀ, ਉਦਾਸ ਮੇਰਾ ਖਿਆਲ ਹੈ। ਉਦਾਸ ਹੈ ਜੇ ਜ਼ਿੰਦਗੀ, ਉਦਾਸ ਮੇਰਾ ਖਿਆਲ ਹੈ, ਆਇਆ ਤੂਫਾਨ ਇਸ ਤਰ੍ਹਾਂ ਕਿ ਲੁੱਟ ਗਈ ਬਹਾਰ ਹੈ। ਇੱਛਾ ਨਹੀਂ ਹੈ ਜੀਣ ਦੀ, ਇੱਛਾ ਨਹੀਂ ਹੈ ਜੀਣ ਦੀ, ਨਾ ਜਾਚ ਕੰਮ ਨੂੰ ਪੀਣ ਦੀ, ਕਿਸ ਨੂੰ ਸੁਣਾਵਾਂ ਹਾਲ, ਸਭ ਬੇਕਰਾਰ ਹੈ, ਆਇਆ ਤੂਫਾਨ ਇਸ ਤਰ੍ਹਾਂ ਕਿ ਲੁੱਟ ਗਈ ਬਹਾਰ ਹੈ, ਕਿ ਲੁੱਟ ਗਈ ਬਹਾਰ। ਵਾਹ ਜੀ ਵਾਹ, ਕੀ ਬਾਤ ਹੈ, ਬਹੁਤ ਖੂਬ ਲਿਖਦੇ ਹੋ ਜੀ, ਇਹ ਜਜ਼ਬਾਤਾਂ ਤੋਂ ਬਗੈਰ ਬੰਦਾ ਕੋਈ ਲਿਖ ਵੀ ਨਹੀਂ ਸਕਦਾ ਹੈਗਾ। ਅਤੇ ਜੀ, ਕਈ ਕੁਛ ਹੀ ਦੇਖਣਾ ਪੈਂਦਾ ਗੁਰਜੀ ਜੀ, ਤੁਸੀਂ ਤਾਂ ਖੁਦ ਆਰਟਿਸਟ ਹੋ ਜੀ। ਅੱਛਾ, ਇਹ ਗੱਲ ਇੱਥੇ ਮੈਨੂੰ ਇਹ ਆ ਰਹੀ ਕਿ ਹੁਣ ਤੁਸੀਂ ਬੈਠੇ ਇੱਥੇ ਹੋ ਕੈਨੇਡਾ ਦੇ ਵਿੱਚ, ਹੋ ਕਈ ਸਾਲਾਂ ਤੋਂ ਇੱਥੇ ਹੀ ਰਹਿ ਰਹੇ ਹੋ, ਇੱਥੇ ਵਿਚਰ ਰਹੇ ਹੋ, ਤਾਂ ਮਿਸ ਨਹੀਂ ਕਰਦੇ ਹੈਗੇ ਪੰਜਾਬ ਨੂੰ? ਬਿਲਕੁਲ ਕਰਦਾ ਜੀ, ਮੈਨੂੰ 41 ਈਅਰਸ ਹੋ ਗਿਆ ਇਸ ਕੰਟਰੀ 'ਚ, ਪਰ ਮੇਰਾ ਜਿਹੜਾ ਦਿਮਾਗ ਪਿੱਛੇ ਚੱਲਦਾ, ਕਿਉਂਕਿ ਪੰਜਾਬ ਵਰਗੀਆਂ ਚੀਜ਼ਾਂ, ਪੰਜਾਬ ਵਰਗਾ ਮਾਹੌਲ, ਸਵੇਰ ਨੂੰ ਬੋਲਦਾਂ ਦੀਆਂ ਟੱਲੀਆਂ ਤੜਕ ਕੇ, ਚੀਕ ਚਿਹਾੜਾ, ਚਿੜੀਆਂ ਨੇ ਪਾਉਣਾ, ਉਹ ਚੀਜ਼ਾਂ ਇੱਥੇ ਹੈ ਨੇ।
ਸਹੀ ਗੱਲ ਹੈ, ਵਾਕਈ ਸਹੀ ਗੱਲ ਹੈ, ਠੀਕ ਹੈ ਨਾ ਜੀ। ਸੋ ਇਹ ਮੈਂ ਸਮਝ ਵੀ ਸਕਦਾ ਕਿਉਂਕਿ ਜਜ਼ਬਾਤ ਬੰਦਾ ਉਹੀ ਅੰਦਰ ਭਰਦਾ ਜਿਹੜਾ ਮਿਸ ਕਰਦਾ ਕਿਸੇ ਨੂੰ ਜਾਂ ਜੁੜਿਆ ਹੁੰਦਾ ਕਿਸੇ ਚੀਜ਼ ਨਾਲ। ਸੋ ਦੋਸਤੋ ਆਪਾਂ ਫਿਲਹਾਲ ਇਸ ਇੰਟਰਵਿਊ ਨਾਲ ਜੁੜੇ ਹੋਏ ਹਾਂ, ਬ੍ਰੇਕ ਤੋਂ ਬਾਅਦ ਆਪਾਂ ਜਾਣਾਂਗੇ ਕਿ ਹੋਰ ਕਿਹੜੀਆਂ ਕਿਹੜੀਆਂ ਫਿਲਮਾਂ ਵਿੱਚ ਇਹਨਾਂ ਨੇ ਕੰਮ ਕੀਤਾ ਅਤੇ ਕਿਹੜੇ ਕਿਹੜੇ ਪ੍ਰੋਜੈਕਟਸ ਇਨ ਫਿਊਚਰ ਆਉਣ ਵਾਲੇ ਨੇ ਤਰਸੇਮ ਸਹੋਤਾ ਜੀ ਦੇ। ਇੱਕ ਬ੍ਰੇਕ ਲੈਂਦੇ ਹਾਂ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤਰਸੇਮ ਜੀ, ਹੁਣ ਮੈਂ ਇਹ ਜਾਣਨਾ ਚਾਹੁੰਦਾ, ਸਾਰੇ ਜਾਣਨਾ ਚਾਹੁੰਦੇ ਹੋਣਗੇ ਜਿਹੜੇ ਤੁਹਾਨੂੰ ਖਾਸ ਤੌਰ 'ਤੇ ਪਹਿਲਾਂ ਤੋਂ ਜਾਣਦੇ ਨੇ, ਤੁਹਾਡੇ ਯਾਰ ਬੇਲੀ ਜਾਂ ਤੁਹਾਡੇ ਫੈਨਸ ਵੀ ਕਹਿ ਸਕਦਾ, ਕਿਹੜੀਆਂ ਕਿਹੜੀਆਂ ਫਿਲਮਾਂ ਤੁਸੀਂ ਕੀਤੀਆਂ ਨੇ, ਕਿਹੜੀ ਫਿਲਮ ਨੇ ਤੁਹਾਨੂੰ ਨਾਮ ਦਿੱਤਾ? ਮੈਂ ਦੇਖੋ ਜੀ, ਮੈਨੂੰ ਫਿਲਮ ਇੰਡਸਟਰੀ 'ਚ ਲਿਆਉਣ ਵਾਲਾ ਬੰਦਾ ਵਿਕਰਮਜੀਤ ਪਰਮਾਰ ਹੈ ਉਹਦਾ ਨਾਂ। ਉਹ ਉਹਨੇ ਓਡੀਸ਼ਨ ਦੇ ਵਿੱਚ ਜਾਂ ਕਿਸ ਤਰ੍ਹਾਂ ਵੀ ਮੈਨੂੰ ਦੋ ਵਾਰੀ ਮਿਲ ਕੇ ਮੈਨੂੰ ਕਹਿੰਦਾ, ਤਰਸੇਮ ਜੀ ਬਈ ਤੁਹਾਡੇ ਵਿੱਚ ਮੈਂ ਕੁਛ ਦੇਖ ਰਿਹਾ ਵੀ ਮੈਂ ਫਿਲਮ ਬਣਾਉਣੀ ਆ, ਵੀ ਤੁਸੀਂ ਕਰੋਗੇ? ਕਿਉਂਕਿ ਮੈਨੂੰ ਸ਼ੌਂਕ ਸੀ ਗੁਰਜੀਤ ਜੀ, ਮੈਂ ਉਹਨਾਂ ਨੂੰ ਕਿਹਾ, ਰਾਈਟ ਵੇ ਕਹਿਤਾ, ਮੈਂ ਕਿਹਾ ਯੈਸ ਮੈਂ ਕਰੂੰਗਾ, ਜ਼ਰੂਰ ਕਰੂੰਗਾ। ਉਹ ਫਿਰ ਫਿਲਮ ਆਈ, ਦੇਖੀ, ਉਹ 'ਚ ਲੋਕਾਂ ਨੂੰ ਵੀ ਪਤਾ ਲੱਗਾ ਵੀ ਭੰਗੜਾ ਤਾਂ ਪਾਉਂਦਾ ਹੀ ਸੀ ਅਤੇ ਹੁਣ ਫਿਲਮ ਇੰਡਸਟਰੀ ਵੀ ਆ ਗਿਆ। ਉਸ ਤੋਂ ਬਾਅਦ ਕਾਫੀ ਫਿਲਮਾਂ ਵਿਕ ਪਰਮਾਰ ਨੇ ਕੀਤੀਆਂ, ਹੱਦ ਕੀਤੀ, ਉਹਦੇ ਵਿੱਚ ਡਰੱਗ ਜਿਹੜਾ ਸੀ ਚੱਕਰ ਉਹ ਮੈਂ ਹੀ ਚਲਾਉਂਦਾ ਸੀ, ਪਰ ਆਪਣੇ ਘਰ ਦੇ ਵਿੱਚ ਕਹਿੰਦਾ ਸੀ ਨੋ 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 ਇਹ ਮਾੜੀ ਗੱਲ ਹੈ, ਇਹ ਨਹੀਂ ਕਰਨੀ। ਮੈਂ ਡਰੱਗ ਸਪਲਾਈ ਕਾਲਜਾਂ 'ਚ ਕਰਾਉਂਦਾ ਸੀ, ਉਹਦੇ ਵਿੱਚ ਐਜ਼ ਏ ਵਿਲਨ ਦਿੱਤਾ। ਉਸ ਤੋਂ ਬਾਅਦ ਵਾਰਿਸ ਐਕਟੀ ਵੀ ਸੀਰੀਅਲ ਵਿਕ ਪਰਮਾਰ ਨੇ ਬਣਾਇਆ, ਉਹ 'ਚ ਵੀ ਮੇਰੀ ਪਹਿਚਾਣ ਹੋਈ। ਉਸ ਤੋਂ ਬਾਅਦ ਹੱਥ ਕੜੀ ਇੱਕ ਫਿਲਮ ਜਿਹੜੀ ਹੁਣ ਰਿਲੀਜ਼ ਹੋ ਰਹੀ ਹੈ ਲੇਟਲੀ ਹੁਣੇ, ਅਤੇ ਉਸ ਤੋਂ ਪਹਿਲਾਂ ਮੈਂ ਭੁੱਲ ਗਿਆ, ਦੇਸ਼ ਪ੍ਰਦੇਸ਼ ਟੀ ਵੀ ਸੀਰੀਅਲ ਬਹੁਤ ਵਧੀਆ ਸੀ ਸਾਡਾ, ਉਹਦੇ ਕਮ ਸੇ ਕਮ 50 ਕੁ ਐਪੀਸੋਡ ਸੀ, ਬਹੁਤ ਚੱਲਿਆ, ਅਤੇ ਇੱਦਾਂ ਹੀ ਚੱਲਦਾ ਰਹੇ ਕੰਮ ਹੁਣ ਵੀ। ਬਿਲਕੁਲ, ਪਰਮਾਤਮਾ ਮਿਹਰ ਰੱਖੇ, ਸਫ਼ਰ ਇੱਦਾਂ ਹੀ ਚੱਲਦਾ ਰਹੇ। ਤੁਸੀਂ ਇੱਕ ਇੱਥੇ ਕੋਈ ਜਿੱਦਾਂ ਆਪਣੇ ਉੱਥੇ ਰਿਪਬਲਿਕ ਡੇ 1 ਮਾਰਚ ਹੁੰਦੀ ਹੈ, ਹਾਂਜੀ ਹਾਂਜੀ, ਇਹਦਾ ਕੁਝ ਜ਼ਿਕਰ ਕਰ ਰਹੇ ਸੀ ਕੁਈਨ ਐਲਿਜ਼ਾਬੈਥ ਦਾ ਵੀ, ਉਹਦੇ ਬਾਰੇ ਸਾਨੂੰ ਥੋੜ੍ਹੀ ਛਾਤੀ ਪਾਓ। ਹਾਂਜੀ, ਉਹ ਦੇਖੋ ਜੀ, ਇੱਥੇ ਕੋਲਸੀਅਮ ਵੈਨਕੂਵਰ ਦੇ ਵਿੱਚ ਪਰੇਡ ਨਿਕਲਦੀ ਹੈ ਵੰਸ ਇਨ ਏ ਈਅਰ, ਜਿੱਦਾਂ 26 ਜਨਵਰੀ ਇੰਡੀਆ ਦੇ ਵਿੱਚ ਹੁੰਦੀ ਹੈ। ਉਹਦੇ ਵਿੱਚ ਬੜੇ ਬੜੇ ਸ਼ਹਿਰਾਂ 'ਚੋਂ ਫਲੋਟ ਆਪਣੇ ਨਿਖਾਰ ਕੇ, ਤੁਹਾਨੂੰ ਪਤਾ ਵੀ ਸ਼ਿੰਗਾਰ ਕੇ, ਉਹਦੇ ਉੱਤੇ ਭੰਗੜੇ ਦੀਆਂ ਝਲਕੀਆਂ ਵੀ, ਇੱਕ ਪਾਸੇ ਖੂਹ ਬਣਾਇਆ, ਇੱਕ ਪਾਸੇ ਬੋਲਦ ਬਣਾ ਕੇ ਗੱਤਿਆਂ ਦੇ, ਆਪਣੀਆਂ ਕੁੜੀਆਂ ਮੌਣ ਤੋਂ ਪਾਣੀ ਭਰਦੀਆਂ, ਰਾਈਟ? ਅਤੇ ਉਹ ਬਹੁਤ ਵਧੀਆ ਸੀ, ਤਾਂ ਤੁਸੀਂ ਬਿਲੀਵ ਕਰਿਓ, ਅਸੀਂ ਉਹਨਾਂ 140 ਫਲੋਟਾਂ ਵਿੱਚੋਂ ਫਸਟ ਪ੍ਰਾਈਜ਼ ਵਿਨ ਕੀਤਾ 1980 ਦੇ ਵਿੱਚ ਪੰਜਾਬ ਕਲਚਰ। ਇੱਕ ਅਚੀਵਮੈਂਟ ਹੈ ਜੀ ਆਪਣੇ ਆਪ ਲਈ। ਹਾਂਜੀ, ਅਤੇ ਉਸ ਤੋਂ ਬਾਅਦ ਮੇਰਾ ਦਿਲ ਕੀਤਾ ਵੀ ਕਿਉਂ ਨਾ ਜਿਹੜੇ ਆਪਣੇ ਬੱਚੇ ਨੇ, ਉਹਨੇ ਇੰਗਲਿਸ਼ ਤਾਂ ਇੱਕ ਕੈਨੇਡਾ 'ਚ ਰਹਿੰਦੇ ਆ, ਇੰਗਲਿਸ਼ ਤਾਂ ਸਿੱਖਣੀ ਹੈ, ਕਿਉਂ ਨਾ ਇਹਨਾਂ ਨੂੰ ਪੰਜਾਬੀ ਸੱਭਿਅਤਾ ਵੀ ਸਿਖਾਲੀ ਜਾਵੇ, ਇਹਨਾਂ ਨੂੰ ਭੰਗੜਾ ਸਿਖਾਲਿਆ ਜਾਵੇ। ਮੈਂ ਦੇਖੋ ਜੀ, 4 ਸਾਲ ਤੋਂ ਲੈ ਕੇ 12 ਸਾਲ ਤੱਕ ਬੱਚਿਆਂ ਨੂੰ 5 ਸਾਲ ਭੰਗੜਾ ਸਿਖਾਲਿਆ। ਉਹ ਬੱਚੇ ਹੁਣ ਯੂਨੀਵਰਸਿਟੀ ਜਾਂਦੇ ਨੇ, ਜਿੱਥੇ ਮਿਲਦੇ ਆ ਪਿਆਰ ਨਾਲ ਮਿਲਦੇ ਆ, ਹੱਥ ਬੱਕੜੀ ਪਾ ਕੇ ਮਿਲਦੇ ਆ, ਪੈਰੀ ਹੱਥ ਲਾਉਂਦੇ ਨੇ। ਤੁਹਾਨੂੰ ਕਿੰਨਾ ਚੰਗਾ ਲੱਗਦਾ ਜਦੋਂ ਕਹਿੰਦਾ ਵੀ ਇਹ ਸਾਡੇ ਉਸਤਾਦ ਨੇ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ ਹੈ, ਬਹੁਤ ਚੰਗੀ ਗੱਲ ਹੈ ਜੀ। ਇੰਨੇ ਸਾਰੇ ਪੰਜਾਬੀਆਂ ਨੇ ਮਾਣ ਰੱਖਿਆ ਕੈਨੇਡਾ ਦੇ ਵਿੱਚ ਆ ਕੇ ਪੰਜਾਬੀਅਤ ਦਾ, ਉਹਨਾਂ ਵਿੱਚੋਂ ਇੱਕ ਪੰਜਾਬੀ ਤਰਸੇਮ ਸੋਤਾ ਜੀ ਵੀ ਹੈਗੇ ਨੇ, ਜਿਹੜੇ ਕਿ ਆਪਣੇ ਵੱਲੋਂ ਕੋਸ਼ਿਸ਼ ਕਰਦੇ ਨੇ ਕਿਤੇ ਨਾ ਕਿਤੇ ਆਪਣੇ ਸ਼ੌਕ ਨੂੰ ਵੀ ਪਾਲਿਆ ਜਾਵੇ, ਅਤੇ ਨਾਲ ਦੀ ਨਾਲ ਜਿਹੜੇ ਮੇਰੇ ਖਿਆਲ 'ਚ ਬੱਚੇ ਹੈਗੇ ਨੇ ਉਹ ਵੀ ਪੰਜਾਬੀਅਤ ਨੂੰ ਆਪਣੇ ਦਿਲ ਵਿੱਚ ਕਾਇਮ ਰੱਖਣ। ਸੋ ਬਹੁਤ ਖੂਬ। ਇੱਕ ਮੈਂ ਭੁੱਲ ਗਿਆ, ਹਾਂਜੀ ਹਾਂ ਪਲੀਜ਼। ਬਈ ਉਸ ਤੋਂ ਬਾਅਦ ਤੁਸੀਂ ਯਕੀਨ ਕਰਿਓ, ਇੱਕੋ ਢੋਲੀ ਹੁੰਦਾ ਸੀ ਪੌਲ ਬਿਨਿੰਗ, ਹੁਣ ਅੱਜ 40 ਸਾਲ ਬਾਅਦ 200-300 ਟੀਮਾਂ ਭੰਗੜੇ ਦੀਆਂ ਹੈਗੀਆਂ। ਅੱਛਾ ਜੀ, ਵਾਹ ਜੀ ਵਾਹ। ਕਮ ਸੇ ਕਮ ਇਸ ਵੇਲੇ ਜਿਹੜੇ ਢੋਲੀ ਨੇ, ਸਾਡੇ ਕੋਲ ਕੁੜੀਆਂ ਢੋਲੀ ਵੀ ਹੈ। ਅੱਛਾ ਜੀ, ਹਾਂ, ਕਿੱਡੀ ਫਕਰ ਵਾਲੀ ਗੱਲ ਹੈ। ਬਹੁਤ ਬਹੁਤ ਬਿਲਕੁਲ ਜੀ, ਅਤੇ ਠੀਕ ਹੈ ਨਾ ਜੀ। ਅਤੇ ਹੁਣ ਇਹ ਆ ਬਈ, ਅਸੀਂ ਇੱਕ ਵਾਰੀ ਚਾਲੂ ਸਟਾਰਟ ਕਰ ਦਿੱਤਾ, ਰਾਈਟ, ਅਤੇ ਉਹ ਹੁਣ ਬੱਚੇ ਉਹਨਾਂ ਨੂੰ ਸੰਭਾਲਦੇ ਨੇ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਵਾਕਈ ਜੀ, ਵਾਕਈ। ਤਰਸੇਮ ਜੀ, ਜਾਂਦੇ ਜਾਂਦੇ ਹੁਣ ਤੁਸੀਂ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਤੇ ਪੰਜਾਬ 'ਚ ਰਹਿੰਦੇ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਕੀ ਕੁਝ ਕਹਿਣਾ ਚਾਹੋਗੇ, ਕੁਝ ਦਿਲ ਦੀ ਗੱਲ ਜਿਹੜੀ ਸ਼ੇਅਰ ਕਰਨੀ ਚਾਹੁੰਦੇ ਉਹਨਾਂ ਨੂੰ? ਥੈਂਕ ਯੂ ਵੈਰੀ ਮਚ ਗੁਰਜੀਤ ਜੀ, ਬਹੁਤ ਵਧੀਆ ਕੁਐਸਚਨ ਹੈ। ਮੈਂ ਆਪਣੇ ਸਾਰੇ ਵੀ ਭੈਣ ਭਰਾਵਾਂ ਜਿਹੜੇ ਸ਼ੋਅ ਇਸ ਵੇਲੇ ਦੇਖ ਰਹੇ ਨੇ, ਉਹਨਾਂ ਨੂੰ ਇੱਕੋ ਰਿਕੁਐਸਟ ਕਰੂੰਗਾ ਕਿ ਜ਼ਿੰਦਗੀ ਵਾਰ ਵਾਰ ਨਹੀਂ ਆਉਣੀ, ਇਹਨੂੰ ਇਹ ਨਾ ਦੇਖੋ ਮੇਰੀ ਉਮਰ ਕਿੰਨੀ ਹੋ ਗਈ, ਮੇਰੀ ਉਮਰ ਕਿੰਨੀ ਹੋ ਗਈ, ਨਾ ਐਕਸਰਸਾਈਜ਼ ਕਰੋ ਜੀ, ਢੋਲ ਦੀ ਕੋਈ ਟੇਪ ਵਜਾ ਲਓ, ਉਹਨੂੰ ਆਪਣਾ ਕਲਚਰ ਮਜ਼ਬੂਤ ਕਰੋ। ਜਿਸ ਵੀ ਕੌਮ ਦੀ ਆਪਣਾ ਕਲਚਰ ਨਹੀਂ, ਉਹ ਫਿਨਿਸ਼ ਹੋ ਜਾਂਦੀ ਹੈ। ਬਿਲਕੁਲ ਸਹੀ ਗੱਲ ਹੈ,
ठीक है ना। इस करके कोई हॉबी रखनी जरूर है। आ जिहड़े ड्रग्स वगैरह जां कोई खाण वालियां, इन्हां नूं इक पासे रखो। ते मेरी तां इही रिक्वेस्ट है, जे चार साल जीणा किद्दां इधर देखो, हुण मैं उम्र नहीं दसनी। ते मेरा इही मैसेज है भी जरूर अपने बच्चियां नूं पंजाबी सिखा लो। देखो अपनी भाषा है, परदेसां च आ गए आ, इंग्लिश तां आउणी आउणी है, पर अपनी मां बोली ना भुल जाए, जड़ां नहीं बिल्कुल छड़नियां चाहीदियां। ते सिम जी बहुत वधिया लग्गिया तुहाडे नाल गल्लां बातां इत्थे सांझे करके। मेहरबानी जी, थैंक यू गुरजीत जी, तुहाडा वी थैंक यू सो मच।